मूँह मिठे करा के आपस दे विच बोले सो निहाल दे जयकारिया दे नाल सो एकजुटता दा प्रतीक दिखाउण दी कोशिश की जा रही है। जिस तरह के सन 47 तो पहला थे भी मुसलमान और सिखा का आपसी भाईचारा की साड़ी कोशिश है भी उन्होंने दोबारा कायम किया जाए। बल्कि एक बुजुर्ग सिख भरा और रोन लग गए देख के कहने असी तो भरा ही हाँ लेकिन सियासी लोगों ने अपने मुफाद लिए साढ़े च फर्क पाने की यत्न किया। यह सारा परिवार ही साढ़े तक इकट्ठा पहले ही सू राजनीति वाले ने वंडे यही गल नहीं है सिखा की गल नहीं है सांझी थी जो गुरु साहब प्यार करते थे तो ही मुसलमान आए चल के देखो प्यार के बदले जी प्यार पैदा होंगे। भाई जी पहली बार जिंदगी का इन्ना फील हो रहा है कि अच्छ गुरु घर के पवित्र दरते जिन्होंने लंगर लाया अपन माण का महसूस है। जिस तरह श्री गुरु नानक देव जी तो भाई मरदाना जी का रिश्ता सगा वह मिसाल साढ़े मेलकोट जो वीर मुसलमान भरा ने उन्होंने एक साझीवालता का फिर एक उपदेश दिता है। होले महल्ले का त्यौहार सिर्फ सिखा का त्यौहार नहीं इस गल की गवाही श्री आनंदपुर साहब विच उस वेले होले महल्ले मौके वेखन नूं मिली जदों असी संगत दे नाल इत्थे दर्शन किए सिख मुस्लिम सांझा पंजाब गल की है इन्हां नौजवानां नाल जदों गल की गई तो इन्हां कहा कि होला महला जो त्यौहार है वह सांझा त्यौहार है और जिथे सिर्फ सिखा का त्यौहार नहीं उत्थे मुसलमान वर्ग भी इस त्यौहार नूं इसी तरह मनांदा है। साडे नाल गलबात करन लई कुछ लोग मौजूद ने आओ उहनां नाल जान लैंदे आ। सर की है ये सांझा तुसीं सांझा सिख मुस्लिम सांझा पंजाब की गल कर रहे हो की है? ये गल हैगी जी आपसी भाईचारे की मतलब जो इतिहास दे विच है भी जो साडा सिखा और मुसलमाना दे विच जिहड़ियां साडियां सांझावां ने एकतावां ने साडियां उस दे नाम पर रखा गया ताकि लोगों नूं दस्या जावे भी सिखा और मुसलमाना दे विच की सांझा ने। कहाँ से आए हो आप? मलेरकोटला से। मलेरकोटला एक ना किते एक जिवें सिखा दा त्यौहार जो है आनंदपुर साहब शहर मन्या जांदा है क्योंकि खालसे दी जन्म भूमि है प्रगट भूमि है एवें मलेरकोटला मुसलमाना दा एक बहुत ਵੱਡਾ ਪੰਜਾਬ ਦੇ ਵਿੱਚ ਗੜ੍ਹ ਦੱਸਿਆ ਜਾਂਦਾ ਹੈ। ਤੁਸੀਂ ਉੱਥੋਂ ਆ ਕੇ ਆਨੰਦਪੁਰ ਸਾਹਿਬ ਦੇ ਵਿੱਚ ਲੰਗਰ ਲਾਉਂਦੇ ਹੋ ਮਨਸ਼ਾ ਕੀ ਹੈ ਲੰਗਰ ਲਾਉਣ ਦੀ? ਲੰਗਰ ਲਾਉਣ ਦੀ ਮਨਸ਼ਾ ਇਹ ਸਾਡਾ ਮਤਲਬ ਜੋ ਟਾਰਗੇਟ ਆ ਦੋ ਕੌਮਾਂ ਨੂੰ ਆਪਸ ਵਿੱਚ ਜੋੜਨ ਦਾ ਜਿਸ ਤਰ੍ਹਾਂ ਕਿ ਸੰਨ 47 ਤੋਂ ਪਹਿਲਾਂ ਸੀਗੇ ਵੀ ਮੁਸਲਮਾਨ ਔਰ ਸਿੱਖਾਂ ਦਾ ਆਪਸੀ ਭਾਈਚਾਰਾ ਦੀ ਸਾਡੀ ਕੋਸ਼ਿਸ਼ ਹੈ ਵੀ ਉਹਨਾਂ ਨੂੰ ਦੁਬਾਰਾ ਕਾਇਮ ਕੀਤਾ ਜਾਵੇ। ਤਾਂ ਕਿਤੇ ਨਾ ਕਿਤੇ ਆਪਕੇ ਸਾਥ ਹੋਰ ਵੀ ਲੋਕ ਆਏ ਹੈ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਂਦੇ ਹੈ। ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਸੰਗਤ ਦੇ ਵਿੱਚ ਉਤਸ਼ਾਹ ਕਿਸ ਤਰ੍ਹਾਂ ਹੈ ਮੁਸਲਮਾਨ ਵਰਗ ਇੱਥੇ ਲੰਗਰ ਲਾ ਰਿਹਾ ਲੋਕ ਕੀ ਸਮਝਦੇ ਨੇ? ਲੋਕ ਬਹੁਤ ਜਜ਼ਬਾਤੀ ਨੇ ਔਰ ਇੱਕ ਇੰਟਰਵਿਊ ਹੋ ਰਿਹਾ ਸੀ ਬਲਕਿ ਇੱਕ ਸਾਡੇ ਬਜ਼ੁਰਗ ਸਿੱਖ ਭਰਾ ਔਰ ਰੋਣ ਲੱਗ ਗਏ ਦੇਖ ਕੇ ਕਹਿੰਦੇ ਅਸੀਂ ਤਾਂ ਭਰਾ ਹੀ ਹਾਂ ਲੇਕਿਨ ਸਿਆਸੀ ਲੋਕਾਂ ਨੇ ਆਪਣੇ ਮੁਫਾਦ ਲਈ ਸਾਡੇ 'ਚ ਫਰਕ ਪਾਉਣ ਦੀ ਯਤਨ ਕੀਤਾ ਲੇਕਿਨ ਅੱਜ ਸਾਨੂੰ ਬੜਾ ਦੁੱਖ ਹੋ ਰਿਹਾ ਔਰ ਖੁਸ਼ੀ ਵੀ ਹੋ ਰਹੀ ਹੈ ਕਿ ਸਾਡੇ ਹੋਰ ਹਾਲਾਂਕਿ ਹੋਲਾ ਮਹੱਲਾ ਅਸੀਂ ਮਨਾਉਂਦੇ ਹਾਂ ਲੇਕਿਨ ਇੱਥੇ ਆ ਕੇ ਲੰਗਰ ਲਾ ਰਹੇ ਨੇ ਇੱਕ ਪਿਆਰ ਦਾ ਮੁਹੱਬਤ ਦਾ ਸੁਨੇਹਾ ਦੇ ਰਹੇ ਨੇ। ਗੱਲ ਕੀਤੀ ਜਾਂਦੀ ਹੈ ਹਮੇਸ਼ਾ ਇਹ ਸੋਚਿਆ ਜਾਂਦਾ ਹੈ ਕਿ ਜੋ ਹੋਲਾ ਮਹੱਲਾ ਹੈ ਉਸ ਗੁਰੂ ਸਾਹਿਬ ਜੋ ਸੀ ਦਸਵੇਂ ਗੁਰੂ ਸੀ ਉਹਨਾਂ ਨੇ ਸ਼ੁਰੂ ਕੀਤਾ ਹੈ ਅਤੇ ਇਹ ਸਿਰਫ ਸਿੱਖਾਂ ਦਾ ਤਿਉਹਾਰ ਹੈ ਕੀ ਸਮਝਦੇ ਹੋ? ਦੇਖੋ ਹੋਲਾ ਜਿਹੜਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਮਤਲਬ ਹਮਲਾ ਕਰਨਾ। ਠੀਕ ਹੈ ਨਹੀਂ ਗੁਰੂ ਸਾਹਿਬ ਉਸ ਵੇਲੇ ਇੱਕ ਦੂਜੇ ਨਾਲ ਲੜਾਉਂਦੇ ਹਮਲੇ ਕਰਾਉਂਦੇ ਅਗਰ ਇਹ ਇੱਕ ਉਹਨਾਂ ਨੇ ਪਰੰਪਰਾ ਸ਼ੁਰੂ ਕੀਤੀ ਸੀ ਤਾਂ ਕਿ ਸਿੱਖ ਲੋਕ ਜਿਹੜੇ ਨੇ ਉਹ ਐਕਟਿਵ ਰਹਿਣ ਅਤੇ ਉਹਦੇ ਵਿੱਚ ਤਾਂ ਸਾਰੇ ਲੋਕ ਜਿਹੜੇ ਐਕਟਿਵ ਸਾਰੇ ਰਹਿੰਦੇ ਤੇ ਅਤੇ ਗੁਰੂ ਸਾਹਿਬ ਦੇ ਜਿੱਥੇ ਸਿੱਖਾਂ ਦੀ ਗੱਲ ਕਰਦੇ ਤੁਸੀਂ ਗੁਰੂ ਸਾਹਿਬ ਜਿਹੜੇ ਉਸਤਾਦ ਥੇ ਸੈਦ ਪੀਰ ਮੁਹੰਮਦ ਉਹਨਾਂ ਨੇ ਉਹਨਾਂ ਨੂੰ ਫਾਰਸੀ ਉਰਦੂ ਫਾਰਸੀ ਅਰਬੀ ਜ਼ਬਾਨਾਂ ਪੜ੍ਹਾਈਆਂ ਸੀਗੀਆਂ ਇਸ ਤਰ੍ਹਾਂ ਦੀ ਕੋਈ ਗੱਲ ਜਿਵੇਂ ਬਾਬਾ ਜੀ ਦੱਸਿਆ ਜਦੋਂ ਭੰਗਾਣੇ ਦਾ ਯੁੱਧ ਸ਼ੁਰੂ ਹੋਇਆ ਤਾਂ 2000 ਮੁਸਲਮਾਨ ਮੁਰੀਦ ਲੈ ਕੇ ਪੀਰ ਬੁੱਧੂ ਸ਼ਾਹ ਪਹੁੰਚਦਾ ਅਤੇ ਉਸ ਲੜਾਈ ਵਿੱਚ 700 ਮੁਸਲਮਾਨ ਮੁਰੀਦ ਪੀਰ ਬੁੱਧੂ ਸ਼ਾਹ ਦਾ ਗੁਰੂ ਸਾਹਿਬ ਕੰਨੀ ਹੋ ਕੇ ਲੜਦਾ ਹੋਇਆ ਮਾਰਿਆ ਜਾਂਦਾ ਹੈ ਜਿਹਦੇ ਵਿੱਚ ਉਸਦੇ ਘਰ ਦੇ 8 ਜੀ ਦੇ ਪੁੱਤਰ ਭਰਾ ਭਤੀਜੇ ਥੇ ਇਸ ਲਈ ਇਹ ਸਿੱਖੀ ਦੀ ਗੱਲ ਨਹੀਂ ਹੈ ਸਿੱਖਾਂ ਦੀ ਗੱਲ ਨਹੀਂ ਹੈ ਸਾਂਝੀ ਸੀਗੀ ਜੇ ਗੁਰੂ ਸਾਹਿਬ ਪਿਆਰ ਕਰਦੇ ਤੇ ਤਾਂ ਹੀ ਮੁਸਲਮਾਨ ਆਏ ਚੱਲ ਕੇ ਦੇਖੋ ਪਿਆਰ ਦੇ ਬਦਲੇ ਜੀ ਪਿਆਰ ਪੈਦਾ ਹੁੰਦਾ ਠੀਕ ਹੈ ਨਹੀਂ ਜੇ ਆਪਾਂ ਕਿਸੇ ਮੂਲੀ ਜੀ ਪਿਆਰ ਬਦਲੇ ਕਿਸੇ ਵਿੱਚ ਜਾਨ ਨਹੀਂ ਦੇ ਸਕਦੇ 700 ਮੁਸਲਮਾਨਾਂ ਨੇ ਜਾਨ ਦਿੱਤੀ ਅਤੇ 8 ਗੁਰੂ ਪੀਰ ਬੁੱਧੂ ਸ਼ਾਹ ਦੇ ਘਰ ਦੇ ਬੰਦੇ ਸ਼ਹੀਦ ਹੋਏ ਗੁਰੂ ਸਾਹਿਬ ਵਾਸਤੇ ਬਹੁਤ ਬੜਾ ਪਿਆਰ ਸੀ ਉਸ ਵੇਲੇ ਚਲੇ ਆ ਰਿਹਾ ਅਤੇ ਉਹੀ ਪਿਆਰ ਦੀ ਇੱਕ ਮਿਸਾਲ ਅੱਜ ਉਦਾਹਰਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਥੇ ਲੰਗਰ ਲਾ ਕੇ। ਸੋ ਬਹੁਤ ਵੱਡੀਆਂ ਬਹੁਤ ਵਧੀਆ ਉਪਰਾਲਾ ਹੈ। ਬਾਬਾ ਜੀ ਕਿੰਨਾ ਕੁ ਜਾਇਜ਼ ਸਮਝਦੇ ਹੋ ਇਹਨਾਂ ਦੀਆਂ ਗੱਲਾਂ ਕਿ ਸਿੱਖ ਮੁਸਲਮਾਨ ਜੋ ਹੈ ਉਹ ਇੱਕਜੁੱਟਤਾ ਦਾ ਪ੍ਰਤੀਕ ਹੈ ਜਾਂ ਕੋਈ ਵੀ ਜਿਹੜੇ ਚਾਰ ਧਰਮ ਨੇ ਉਹ ਸਭ ਇਕੱਠੇ ਨੇ ਇਕੱਠੇ ਦੀ ਇਹ ਇੱਕਜੁੱਟ ਹੋਣ ਦੀ ਗੱਲ ਆਖ ਰਹੇ ਨੇ ਕਿੰਨੀ ਕੁ ਗੱਲ ਜਾਇਜ਼ ਹੈ? ਇਹ ਤਾਂ ਨਾ ਰਾਜਨੀਤੀ ਵਾਲੇ ਲੜਾਈ ਜਾਂਦੇ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ ਟਾਈਮ 'ਤੇ ਸਾਰਾ ਪਰਿਵਾਰ ਇਕੱਠਾ ਹੈ ਤਾਂ ਠੀਕ ਹੈ ਗੁਰੂ ਨਾਨਕ ਦੇਵ ਜੀ ਦੀ ਦਾਦੀ ਮਾਂ ਵੀ ਮੁਸਲਮਾਨ ਸੀ।
ਕਿੰਨੀ ਕੁ ਖੁਸ਼ੀ ਦਿਲ ਨੂੰ ਹੁੰਦੀ ਹੈ ਜਦੋਂ ਆਪਾਂ ਆਪਣੇ ਧਰਮ ਦੇ ਨਾਲ ਆਪਾਂ ਧਰਮ ਤੋਂ ਹਟ ਕੇ ਆਪਾਂ ਇੱਕ ਕੋਈ ਐਸਾ ਤਿਉਹਾਰ ਇਕੱਠਾ ਮਨਾਉਂਦੇ ਹੈ, ਕਿਹੋ ਜਿਹੀ ਖੁਸ਼ੀ ਹੁੰਦੀ ਹੈ? ਬਹੁਤ ਵੱਡੀ ਖੁਸ਼ੀ ਹੈ ਸਾਨੂੰ ਤਾਂ ਸਾਰੇ ਪਹਿਲਾਂ ਹੀ ਸਾਡੇ ਇਹ ਸਾਰਾ ਪਰਿਵਾਰ ਹੀ ਸਾਡੇ ਦਾ ਇਕੱਠਾ ਸੀ ਪਹਿਲਾਂ ਹੀ, ਸਾਨੂੰ ਰਾਜਨੀਤੀ ਵਾਲੇ ਨੇ ਵੰਡਿਆ ਇਹ। ਇਹਦਾ ਜਿਵੇਂ ਦੋ ਵਿਛੜੇ ਭਰਾ ਨੇ ਬਚਪਨ 'ਚ ਵਿਛੜ ਜਾਣ, ਜਦੋਂ ਇਕੱਠੇ ਹੁੰਦੇ ਨੇ ਕਿੰਨੀ ਖੁਸ਼ੀ ਹੁੰਦੀ ਹੈ। ਵੈਸੇ ਇਸ ਤਰ੍ਹਾਂ ਦੇ ਭਰਾ ਵਿਛੜੇ ਹੋਏ ਸੀ ਜਿਹੜੇ ਸਿਆਸੀ ਲੋਕਾਂ ਨੇ ਬਖਰੇਵੇਂ ਪਾ ਦਿੱਤੇ ਸੀ, ਅੱਜ ਲੋਕਾਂ ਨੂੰ ਸਮਝ ਆ ਗਈ ਹੈ ਅਤੇ ਉਹ ਇੱਕ ਦੋ ਨਾਲ ਮਿਲ ਰਹੇ ਨੇ, ਗੱਲ ਬੱਕਰੀਆਂ ਪਾ ਰਹੇ ਨੇ ਅਤੇ ਪੁਰਾਣਾ ਜਿਹੜਾ ਥੋੜ੍ਹਾ ਖਤਮ ਹੋ ਗਿਆ ਸੀ ਪਿਆਰ ਉਹਨੂੰ ਦੁਬਾਰਾ ਮਿਲ ਜੁਲ ਕੇ ਇਕੱਠਾ ਹੋ ਰਿਹਾ ਹੈ। ਸੋ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਇਸ ਇਹਨਾਂ ਲੋਕਾਂ ਨੂੰ ਸਾਂਝੀ ਵਾਰਤਾ ਦਾ ਪ੍ਰਤੀਕ ਦਿੰਦੇ ਹੋਏ ਕਿਸ ਤਰ੍ਹਾਂ ਚੋਲਾ ਦਾ ਲੰਗਰ ਜੋ ਹੈ ਉਹ ਲਗਾਇਆ ਗਿਆ ਹੈ। ਇੱਥੇ ਅਸੀਂ ਮੁਸਲਮਾਨ ਵਰਗ ਦੇ ਨੌਜਵਾਨ ਵੀ ਵੇਖਦੇ ਨੇ ਅਤੇ ਨਾਲ ਹੀ ਇੱਥੇ ਸਾਡੇ ਨਾਲ ਇੱਕਜੁੱਟ ਹੋ ਕੇ ਕੰਮ ਕਰ ਰਹੇ ਨੇ, ਉਹ ਨਾਲ ਹੀ ਨਾਲ ਸਿੱਖ ਕੌਮ ਦੇ ਜੋ ਨੌਜਵਾਨ ਨੇ ਸਿੱਖ ਵਿਅਕਤੀ ਵੀ ਇੱਥੇ ਲੰਗਰ ਦੀ ਸੇਵਾ ਨਾਲ ਅਦਾ ਕਰ ਰਹੇ ਨੇ। ਗੱਲ ਕਰ ਲੈਂਦੇ ਆ ਜੀ, ਕਿਸ ਤਰ੍ਹਾਂ ਦਾ ਮਾਹੌਲ ਜੋ ਹੈ ਇੱਥੋਂ ਕੀਤਾ ਜਾਂਦਾ ਹੈ, ਕਿੱਦਾਂ ਲੱਗਦਾ ਹੈ ਜੀ ਜਦੋਂ ਤੁਸੀਂ ਇਹਨਾਂ ਦੇ ਨਾਲ ਸੇਵਾ ਕਰ ਰਹੇ ਹੋ? ਭਾਅ ਜੀ ਇਹ ਪਹਿਲੀ ਵਾਰ ਜ਼ਿੰਦਗੀ ਦਾ ਇੰਨਾ ਫੀਲ ਹੋ ਰਿਹਾ ਕਿ ਅੱਜ ਗੁਰੂ ਘਰ ਦੇ ਪਵਿੱਤਰ ਦਰ 'ਤੇ ਜਿਹਨਾਂ ਨਾਲ ਲੰਗਰ ਲਾਇਆ, ਆਪਾਂ ਨੂੰ ਮਾਣ ਦਾ ਮਹਿਸੂਸ ਹੈ, ਇੱਕ ਕੌਮ ਏਕਤਾ ਦਾ ਮਹਿਸੂਸ ਹੈ ਕਿ ਮਤਲਬ ਜਿਹੜੇ ਅੱਡ ਹੋਏ ਹੋਏ ਨੇ ਸਰਕਾਰ ਨਾਲ, ਅੱਜ ਭਾਈ ਭਾਈ ਸਾਰੇ ਇਕੱਠੇ ਹੋ ਗਏ ਨੇ। ਮੈਂ ਚੰਡੀਗੜ੍ਹ ਤੋਂ ਇਹ ਕਿੱਥੋਂ ਆ ਕੇ ਲੰਗਰ ਲਾਇਆ ਜੀ ਇਹਨਾਂ ਨੇ, ਆਪਾਂ ਦਾ ਸ਼ੁਕਰੀਆ ਅਦਾ ਕਰਦੇ ਇਹਨਾਂ ਸਰ ਸਾਰਿਆਂ ਦਾ ਜੀ। ਸੋ ਬਹੁਤ ਵਧੀਆ ਉਪਰਾਲਾ ਹੈ, ਸਾਡੇ ਨਾਲ ਇੱਕ ਸਿੱਖ ਨੌਜਵਾਨ ਹੋਰ ਨੇ, ਕਿੱਥੋਂ ਆਏ ਹੋ ਜੀ? ਇਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਜੀ। ਤੁਸੀਂ ਵੀ ਗੁਰੂਆਂ ਦੀ ਧਰਤੀ ਤੋਂ ਆਏ ਹੈ ਅਤੇ ਇਹ ਵੀ ਪੀਰਾਂ ਫਕੀਰਾਂ ਦੀ ਧਰਤੀ ਤੋਂ ਮਲੇਰਕੋਟਲੇ ਤੋਂ ਆ ਕੇ ਇੱਥੇ ਲੰਗਰ ਲਾ ਰਹੇ ਹੈ, ਕਿਹੋ ਜਿਹਾ ਸਾਂਝੀ ਵਾਰਤਾ ਦਾ ਪ੍ਰਤੀਕ ਸੰਗਤ ਨੂੰ ਦਿੱਤਾ ਜਾ ਰਿਹਾ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀ, ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦਾ ਰਿਸ਼ਤਾ ਸੀਗਾ, ਉਹ ਮਿਸਾਲ ਨਾ ਸਾਡੇ ਮਲੇਰਕੋਟ ਦੇ ਵੀਰ ਮੁਸਲਮਾਨ ਭਰਾ ਨੇ, ਉਹਨਾਂ ਨੇ ਇੱਕ ਸਾਂਝੀ ਵਾਰਤਾ ਦਾ ਫਿਰ ਇੱਕ ਉਪਦੇਸ਼ ਦਿੱਤਾ ਹੈ ਤਾਂ ਕਿ ਸੰਸਾਰ ਦਾ ਪਤਾ ਲੱਗ ਸਕੇ ਕਿ ਸਿੱਖਾਂ ਦਾ ਨੌ ਰਮਾਸ ਦਾ ਰਿਸ਼ਤਾ ਹੈ। ਇਸ ਕਰਕੇ ਇਹਨਾਂ ਦਾ ਬਹੁਤ ਸੁਰ ਗੁਜ਼ਾਰਾ ਜਿਨ੍ਹਾਂ ਨੇ ਇਸ ਪਵਿੱਤਰ ਇਤਿਹਾਸ 'ਤੇ ਹੋਲੇ ਮਹੱਲੇ ਦੇ ਵਿਸ਼ੇਸ਼ ਸਮਾਗਮ 'ਤੇ ਇੱਕ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਰਿਸ਼ਤਾ ਸੀ ਉਹ ਰਿਸ਼ਤੇ ਨੂੰ ਦੁਬਾਰਾ ਫਿਰ ਕਾਇਮ ਕੀਤਾ ਹੈ। ਸੋ ਤੁਸੀਂ ਇਹ ਨਜ਼ਾਰਾ ਵੇਖ ਸਕਦੇ ਹੋ ਆਪਣੀ ਸਕਰੀਨ 'ਤੇ, ਕਿਸ ਤਰ੍ਹਾਂ ਸਾਂਝੀ ਵਾਰਤਾ ਦਾ ਜੋ ਪ੍ਰਤੀਕ ਹੈ ਕਿਸ ਤਰ੍ਹਾਂ ਮੂੰਹ ਮਿੱਠੇ ਕਰਾ ਕੇ ਆਪਸ ਦੇ ਵਿੱਚ ਬੋਲੇ ਸੋਨਿਹਾਲ ਦੇ ਜੈਕਾਰਿਆਂ ਦੇ ਨਾਲ, ਸੋ ਇੱਕਜੁੱਟਤਾ ਦਾ ਪ੍ਰਤੀਕ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇੱਕ ਸਮਾਜ ਨੂੰ ਸੇਧ ਦਿੱਤੀ ਜਾ ਰਹੀ ਹੈ ਕਿ ਦੋ ਧਰਮ ਅਲੱਗ ਨਹੀਂ ਜਾਂ ਚਾਰ ਧਰਮ ਅਲੱਗ ਨਹੀਂ, ਅਸੀਂ ਸਾਰੇ ਇਕੱਠੇ ਹਾਂ ਅਤੇ ਜਿੰਨੀ ਅਹਿਮੀਅਤ ਸਿੱਖ ਧਰਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਜਾਂ ਹੋਰ ਗੁਰੂ ਸਾਹਿਬਾਨਾਂ ਦੀ ਹੈ, ਉਨੀ ਹੀ ਅਹਿਮੀਅਤ ਸਿੱਖ ਧਰਮ ਦੇ ਵਿੱਚ ਵੀ ਮੰਨੀ ਜਾਂਦੀ ਹੈ। ਕੈਮਰਾਮੈਨ ਰਵੀ ਕੁਮਾਰ ਦੇ ਨਾਲ ਚੋਵੇਸ਼ ਲਟਾਵਾ, ਸ਼੍ਰੀ ਅਨੰਦਪੁਰ।